ਗੁਰੇਆਲਾ ਦੇ ਵਿੱਚ ਜਿਹੜਾ ਕਿ ਪੇਪਰਸ ਨੇ ਦੋ ਰੋਂਗਲੀ ਪ੍ਰੋਜੈਕਟ ਕੀਤਾ ਸੀ ਮੰਡੀ ਬੋਰਡ ਦਾ ਸਾਬਕਾ ਚੇਅਰਮੈਨ ਦੇ ਲੁੱਟ ਦੀ ਗੱਲ ਹੋਈ ਮੈਨੂੰ ਲੱਗਦਾ ਕੁਝ ਜਾਣ ਕੇ ਸੈਂਸੇਸ਼ਨਲ ਕਰਨ ਲਈ ਵੀ ਪਰਪਜ਼ਲੀ ਵੀ ਕਈਆਂ ਨੇ ਕੀਤਾ ਸੀ ਵੀ ਉਹ ਵਾਰਦਾਤ ਹੋ ਗਈ ਅਸੀਂ ਉਹ ਕੇਸ ਨੂੰ ਸਾਡੀ ਟੀਮ ਨੇ CIA ਟੀਮ ਨੇ ਉਹਦੇ 'ਚੋਂ ADCP 4 ਤੁਸ਼ਾਰ ਸਮੀਤ ਸੂਦ ਅਤੇ ਜਿਹੜੇ CIA ਟੀਮ ਇਹਨੇ ਪੂਰਾ ਜ਼ੋਰ ਲਾ ਕੇ ਅਸੀਂ ਉਹ ਕੇਸ ਨੂੰ ਕਰੈਕ ਕਰ ਲਿਆ ਉਹਦੇ ਵਿੱਚੋਂ ਦੋ ਵੈਪਨ ਸਾਨੂੰ ਰਿਕਵਰ ਹੋ ਗਏ ਆ ਅਤੇ ਉਹ ਤਿੰਨ ਬੰਦੇ ਜਿਹੜੇ ਫਲੋਰ ਦੇ ਸੀ ਫਲੋਰ ਦੇ ਰਹਿਣ ਵਾਲੇ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਜਿਹੜਾ ਬੇਸਿਕ ਜਿਹੜਾ ਉਹਦੀ ਡਿਊਰਿੰਗ ਇਨਵੈਸਟੀਗੇਸ਼ਨ ਇਹ ਆਇਆ ਕਿ ਇਹਨਾਂ ਨੂੰ ਇਨਫੋਰਮੇਸ਼ਨ ਸੀ ਵੀ ਸ਼ਾਇਦ ਜ਼ਿਆਦਾ ਪੈਸੇ 5 ਤੋਂ 10 ਲੱਖ ਰੁਪਇਆ ਸੀ ਪਰ ਐਕਚੁਅਲੀ ਜਦੋਂ ਵਾਰਦਾਤ ਕਰਨ ਆਏ 50,000 ਦੇ ਕਰੀਬ ਇਹਨਾਂ ਦਾ ਆਇਆ ਜਿਹੜਾ ਆਪਸ 'ਚ ਇਹਨਾਂ ਨੇ ਵਾਰਦਾਤ ਤੋਂ ਬਾਅਦ ਵੰਡ ਲਿਆ ਇਹਨਾਂ ਦਾ ਇਹ ਸੀ 5 ਤੋਂ 10 ਲੱਖ ਰੁਪਇਆ ਲੈ ਕੇ ਕਿਉਂਕਿ ਕ੍ਰਿਮੀਨਲ ਪਾਸਟ ਹੈ ਇੱਕ ਤਾਂ ਮਰਡਰ ਦਾ ਕੇਸ ਰਜਿਸਟਰਡ ਹੈ ਦੋਵਾਂ 'ਤੇ ਅਟੈਂਪਟ ਟੂ ਮਰਡਰ ਦੇ ਕੇਸਿਸ ਪੁਰਾਣਾ ਕ੍ਰਿਮੀਨਲ ਪਾਸਟ ਹੈ ਉਹ ਕੇਸਿਸ ਰਜਿਸਟਰਡ ਹੈ ਅਤੇ ਇਹਨਾਂ ਦਾ ਸੀ ਵੀ 5 ਤੋਂ 10 ਲੱਖ ਰੁਪਇਆ ਮਿਲੂਗਾ ਅਤੇ ਅਸੀਂ ਕੋਈ ਕਾਰ ਲੈ ਕੇ ਅਤੇ ਇੱਕ ਗੈਂਗ ਬਣਾ ਕੇ ਅੱਗੇ ਹੋਰ ਉਸ ਢੰਗ ਦਾ ਉਹਨੂੰ ਕ੍ਰਾਈਮ ਸ਼ੁਰੂ ਕਰਾਂਗੇ ਅਤੇ ਕੁਇਕੈਸਟ ਪੋਸੀਬਲ ਟਾਈਮ ਦੇ ਵਿੱਚ ਉਹ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਜਿਹੜੇ ਸਾਰਿਆਂ ਨੇ ਕੇਸ ਕਰੈਕ ਕਰ ਲਿਆ